8 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੇਂਡੂ ਭਾਰਤ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਰਣਨੀਤੀ ਨੂੰ ਸਫਲ ਬਣਾਉਣ ਲਈ ਗੁਰਦਾਸਪੁਰ ਵਿੱਚ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਹੈ। ਉਹਨਾਂ ਫੈਸਲਾ ਕੀਤਾ ਕਿ ਪਿੰਡਾਂ ਤੋਂ ਸ਼ਹਿਰਾਂ ਵਿੱਚ ਤੇ ਸ਼ਹਿਰਾਂ ਤੋਂ ਪਿੰਡਾਂ ਵਿੱਚ ਕੁਝ ਵੀ ਆਉਣ ਜਾਣ ਨਹੀਂ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਨੈਸ਼ਨਲ ਲੈਵਲ ਦੀਆਂ ਕਿਸਾਨ ਜਥੇਬੰਦੀਆਂ ਨੇ 8 ਤਰੀਕ ਪੇਂਡੂ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਉਹਦਾ ਸਹਿਯੋਗ ਦੇਣ ਵਾਸਤੇ ਅਸੀਂ ਆਪਣੀ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇੱਥੇ ਮੀਟਿੰਗ ਕੀਤੀ ਗਈ ਹੈ। ਉਹਦੇ ਵਿੱਚ 8 ਤਰੀਕ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਤਾਂ ਆਪਾਂ ਪਿੰਡਾਂ 'ਚੋਂ ਸ਼ਹਿਰਾਂ ਨੂੰ ਕੁਝ ਜਾਣ ਦੇਣਾ ਕੋਈ ਵੀ ਚੀਜ਼, ਅਤੇ ਨਾ ਸ਼ਹਿਰਾਂ ਤੋਂ ਪਿੰਡਾਂ ਨੂੰ ਆਉਣ ਦੇਣੀ। ਇਹ ਇੱਕ ਬੜਾ ਤਕੜਾ ਉਪਰਾਲਾ ਨੇ ਬੁੱਧੀਜੀਵੀਆਂ ਦਾ, ਜਿਹੜਾ ਸਾਡੇ ਇੰਡੀਆ ਲੈਵਲ ਦੀਆਂ ਯੂਨੀਅਨਾਂ ਉਹਨਾਂ ਦੇ ਪ੍ਰਧਾਨਾਂ ਦਾ। 2800 ਜਥੇਬੰਦੀ 4 ਨਵੰਬਰ ਨੂੰ ਦਿੱਲੀ ਵਿੱਚ ਇਕੱਠੀ ਹੋਈ ਸੀ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਹਰਲੀਆਂ ਕੰਟਰੀਆਂ ਤੋਂ ਆਸਟ੍ਰੇਲੀਆ ਵਰਗੀਆਂ ਕੰਟਰੀਆਂ ਤੋਂ ਦੁੱਧ ਨੂੰ ਇੰਡੀਆ ਲਿਆਉਣ ਦੀ ਗੱਲ ਕੀਤੀ ਸੀ। ਉਸੇ ਵੇਲੇ ਸਾਰੀਆਂ ਜਥੇਬੰਦੀਆਂ ਨੇ ਹਰਕਤ ਵਿੱਚ ਆ ਕੇ ਦਿੱਲੀ 'ਚ ਘਰਾਓ ਕੀਤਾ, ਅਤੇ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਲੰਬਾ ਸਮਾਂ ਉਹਨਾਂ ਬਾਹਰ ਰਹਿਣਾ ਸੀਗਾ, ਉਹਨਾਂ ਨੂੰ 4 ਨਵੰਬਰ ਐਟ ਏ ਟਾਈਮ ਆਉਣਾ ਪਿਆ ਸੀਗਾ। ਉਹ ਇੱਕਜੁੱਟਤਾ ਵੇਖਦਿਆਂ ਹੋਇਆ ਕਿਸਾਨਾਂ ਦੀ ਉਹਨਾਂ ਨੂੰ ਵਾਪਸ ਆਉਣਾ ਪਿਆ, ਅਤੇ ਉਹ ਜਿਹੜਾ ਸਮਝੌਤਾ ਸੀਗਾ ਦੁੱਧ ਦਾ ਕਰਨਾ ਉਹ ਰੱਦ ਕਰਨਾ ਪਿਆ ਸੀ। ਇਹਦੇ ਵਿੱਚ ਕਿਸਾਨੀ ਬਚਾਉਣ ਵਾਲੀਆਂ ਬੜੀਆਂ ਉਹਨਾਂ ਨੇ ਸਾਰੀਆਂ ਹੀ ਗੱਲਾਂ ਰੱਖੀਆਂ ਨੇ। ਵੇਖੋ, ਇੱਕ ਤਾਂ ਸਵਾਮੀਨਾਥਨ ਰਿਪੋਰਟ ਸਾਡੀ ਲਾਗੂ ਹੋਣੀ ਚਾਹੀਦੀ, ਜੇ ਉਹ ਲਾਗੂ ਹੋ ਜੇ ਸਾਡੇ ਲਾਗਤ ਮੁੱਲ ਦਾ 1.5 ਗੁਣਾ ਸਾਨੂੰ ਮਿਲਣਾ ਚਾਹੀਦਾ। ਉਹ ਜਦੋਂ ਮਿਲਿਆ ਸਾਡੇ ਕਣਕ ਦਾ ਭਾਅ 2500-2600 ਹੋ ਜੂ, ਜਿਹੜਾ ਸਾਡਾ ਗੰਨੇ ਦਾ ਭਾਅ ਆ ਉਹ 300 ਰੁਪਈਆ ਲਾਗਤ ਆਉਂਦੀ, 450 ਰੁਪਈਆ ਗੰਨੇ ਦਾ ਭਾਅ ਸਾਨੂੰ ਮਿਲਣਾ ਚਾਹੀਦਾ। ਇੱਦਾਂ ਦੇ ਮਸਲੇ ਨੇ, ਪਰਾਲੀ ਸਾੜਨ ਵਾਲੇ ਮਸਲੇ ਨੇ, ਪਰਚੇ ਸਾਡੇ 'ਤੇ ਕੀਤੇ ਜਾਂਦੇ ਨੇ, ਖੋਰੀ ਵੀ ਨਹੀਂ ਸਾੜਨ ਦੇ ਰਹੇ, ਜਿਹੜੀ ਖੋਰੀ 'ਤੇ ਕੋਈ ਬਹੁਤਾ ਜ਼ਿਆਦਾ ਪੋਲਿਊਸ਼ਨ ਨਹੀਂ। ਇਹ ਰੌਲਾ ਪਾਇਆ ਜਾ ਰਿਹਾ ਕਿ ਦਿੱਲੀ 'ਚ ਕਿਸਾਨਾਂ ਦਾ ਪੋਲਿਊਸ਼ਨ ਆਉਂਦਾ, ਹਾਲਾਂਕਿ ਸੱਚਾਈ ਕੁਝ ਹੋਰ ਆ। ਉੱਥੇ ਗੱਡੀਆਂ ਦਾ ਪੋਲਿਊਸ਼ਨ ਬਹੁਤ ਆ, ਉੱਥੇ ਫੈਕਟਰੀਆਂ ਦਾ ਪੋਲਿਊਸ਼ਨ ਬਹੁਤ ਜ਼ਿਆਦਾ, ਅਤੇ ਉਹ ਸਾਰਾ ਹੀ ਕਿਸਾਨੀ 'ਤੇ ਮੜਿਆ ਜਾ ਰਿਹਾ। ਗਊ ਟੈਕਸ ਸਾਡੇ ਤੋਂ ਕੱਟਿਆ ਜਾ ਰਿਹਾ, ਪਰ ਗਊਆਂ ਦੀ ਸਾਂਭ ਸੰਭਾਲ ਨਹੀਂ ਕੋਈ ਕੀਤੀ ਜਾ ਰਹੀ, ਉਹ ਵੀ ਸਾਡੀਆਂ ਫਸਲਾਂ ਦਾ ਨੁਕਸਾਨ ਕਰਦੀਆਂ। ਗਊਆਂ ਆ ਕੇ ਅਵਾਰਾ ਡੰਗਰ ਜਿੰਨੇ, ਉਹਨਾਂ ਦੇ ਕਰਕੇ ਵੀ ਕੋਈ ਉੱਥੇ ਕਾਨੂੰਨ ਬਣੇ ਆ, ਉਹ ਲਾਗੂ ਨਹੀਂ ਕਰਨ ਦੇ। ਫਿਰ ਸਾਡਾ ਕਿਸਾਨੀ ਦਾ ਬੀਮਾ ਯੋਜਨਾ ਆ, ਉਹ ਲਾਗੂ ਨਹੀਂ ਕਰ ਰਹੇ, ਸਾਡੇ ਕੋਲ ਕੱਟਿਆ ਜਾ ਰਿਹਾ ਬੀਮਾ। ਵੇਖੋ ਕਿੱਡੀ ਘਿਨਾਉਣੀ ਹਰਕਤ ਆ, ਜੇ ਇੱਕ ਪਿੰਡ 'ਚ ਪੂਰੇ ਪਿੰਡ ਦੀ ਫਸਲ ਤਬਾਹ ਹੋ ਜਾਂਦੀ ਆ ਗੜਿਆਂ ਨਾਲ ਜਾਂ ਕਿਸੇ ਵੀ ਹੜ ਦੇ ਨਾਲ, ਅਤੇ ਜੇ ਇੱਕ ਘਰ ਬਚ ਜਾਂਦਾ, ਇੱਕ ਜ਼ਿਮੀਂਦਾਰ ਬਚ ਜਾਂਦਾ, ਤਾਂ ਪੂਰੇ ਪਿੰਡ ਨੂੰ ਉਹਦਾ ਨਹੀਂ ਮਿਲਣਾ ਮੁਆਵਜ਼ਾ। ਕਿੱਡੀ ਮਾੜੀ ਗੱਲ ਆ, ਉੱਚ 'ਤੇ ਚਾਹੀਦਾ ਤਾਂ ਇਹਦਾ ਪਰ ਹੈੱਡ, ਜੇ ਮੇਰਾ ਨੁਕਸਾਨ ਹੋਇਆ ਮੈਨੂੰ ਇਕੱਲੇ ਨੂੰ ਮਿਲੇ, ਜੇ ਹੋਰ ਕਿਸੇ ਦੋ ਚਾਹੁੰਦਾ ਹੋਇਆ ਉਹਨਾਂ ਨੂੰ ਮਿਲੇ, ਪੂਰੇ ਪਿੰਡ ਦਾ ਉਹਦਾ ਕੀ ਮਸਲਾ। ਇਹੋ ਜਿਹੀਆਂ ਬੜੀਆਂ ਗੱਲਾਂ ਨੇ, ਬੜੇ ਉਹ ਬੁੱਧੀਜੀਵੀ ਨੇ, ਸਿਆਣੇ ਨੇ, ਜਿਹੜੇ ਉਹਨਾਂ ਨੇ ਮੁੱਦੇ ਰੱਖੇ ਨੇ ਉਸ ਸੰਬੰਧ ਵਿੱਚ। 8 ਵਜੇ ਤੋਂ ਸਵੇਰ ਤੋਂ ਲੈ ਕੇ ਰਾਤ 6-7 ਵਜੇ ਤੱਕ ਦਿਨੇ ਅਸੀਂ ਕੋਈ ਵੀ ਚੀਜ਼ ਨਾ ਪਿੰਡੋਂ ਸ਼ਹਿਰ ਨਾ ਸ਼ਹਿਰ ਦੀ ਪਿੰਡ ਕੋਈ ਵੀ ਆਉਣ ਨਹੀਂ ਦਿਆਂਗੇ। ਉਹਦੇ ਸੰਬੰਧ 'ਚ ਇਹ ਕਾਰਵਾਈਆਂ ਕਰਕੇ ਫਿਰ 2 ਘੰਟੇ 1 ਵਜੇ ਤੋਂ ਲੈ ਕੇ ਅਤੇ 3 ਵਜੇ ਤੱਕ ਜਿਹੜਾ ਹੁਸ਼ਿਆਰਪੁਰ ਗੁਰਦਾਸਪੁਰ ਨੂੰ ਰੋਡ ਜੋੜਦਾ ਵਾਇਆ ਟਾਂਡਾ ਹੋ ਕੇ ਬਿਆਸ ਦਰਿਆ ਵਾਲਾ, ਉਹ ਰੋਡ ਬੰਦ ਰੱਖਾਂਗੇ, ਉੱਥੋਂ ਆਵਾਜਾਈ ਠੱਪ ਰੱਖਾਂਗੇ, ਤਾਂ ਜੋ ਗੂੰਗੀਆਂ ਬੋਲੀਆਂ ਸਰਕਾਰਾਂ ਦੇ ਕੰਨ 'ਤੇ ਜੂੰ ਸਰਕ ਸਕੇ। ਇੱਕ ਅਸੀਂ ਆਪਣਾ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਸਰਕਾਰਾਂ ਤੱਕ ਕਿ ਵੋਟਾਂ ਲੈਣ ਵਾਸਤੇ ਵੇਲੇ ਤੁਸੀਂ ਸਾਨੂੰ ਲਾ ਲੈਂਦੇ ਜੇ ਲਾਰੇ,
ਪਰ ਪੂਰਾ ਕੋਈ ਨਹੀਂ ਕਰਦੇ। ਅਸੀਂ ਦੱਸਾਂਗੇ ਕਿ ਕਿਸਾਨ ਕੀ ਚੀਜ਼ ਆ, ਫਿਰ ਜਦੋਂ ਇਹ ਪਿੰਡਾਂ 'ਚ ਆਉਣਗੇ ਫਿਰ ਇਹਨਾਂ ਨੂੰ ਵੀ ਅਸੀਂ ਬਦਰੰਗ ਚਿੱਠੀਆਂ ਵਾਂਗੂ ਮੋੜਾਂਗੇ ਕਿ ਜਾਓ ਆਪਣੀਆਂ ਤਨਖਾਹਾਂ ਵਧਾਉਣ ਵੇਲੇ ਤੁਹਾਡਾ ਕੋਈ ਸਭ ਕੁਝ ਉਸੇ ਵੇਲੇ ਪਾਸ ਹੋ ਜਾਂਦਾ, ਆਪਣੀਆਂ ਪੈਨਸ਼ਨਾਂ ਤੁਸੀਂ 5-5 ਲਓ ਅਤੇ ਤੁਹਾਡੀਆਂ ਉਸੇ ਵੇਲੇ ਸੰਸਦ ਵਿੱਚ ਲੋਕ ਸਭਾ ਵਿੱਚ ਪਾਸ ਕਰ ਲੈਂਦੇ। ਜਿੱਦਣ ਕਿਸਾਨੀ ਦੀ ਗੱਲ ਆਉਂਦੀ ਉੱਦਣ ਤੁਸੀਂ ਕਹਿੰਦੇ ਸਰਕਾਰ ਕੋਲ ਹੈ ਕੁਝ ਨਹੀਂ। ਕਿੱਡੀ ਮਾੜੀ ਹਰਕਤ ਆ, ਸਾਡਾ ਪਿਛਲੇ ਸਾਲ ਦਾ ਪੈਸਾ ਸਰਕਾਰਾਂ ਵੱਲ ਬਕਾਇਆ ਪਿਆ, 25 ਰੁਪਏ ਹਿਸਾਬ ਨਾਲ ਸਰਕਾਰ ਨੇ ਸਾਨੂੰ ਦੇਣਾ ਕੀਤਾ, ਉਹ ਵੀ ਨਹੀਂ ਦਿੱਤੇ, ਮਿੱਲਾਂ ਪੈਸੇ ਨਹੀਂ ਦੇ ਰਹੀਆਂ, ਕਿਸਾਨੀ ਨੂੰ ਹਰ ਪੱਖੇ ਤੋਂ ਮਾਰਿਆ ਜਾ ਰਿਹਾ। ਇਹ ਸਾਰੇ ਹੀ ਮੁੱਦੇ ਲੈ ਕੇ ਮਿੱਲਾਂ ਵਾਲਾ ਵੀ, ਜਿਹੜੇ ਮਿੱਲਾਂ ਪੈਸੇ ਨਹੀਂ ਦਿੰਦੀਆਂ ਉਹ ਵੀ, ਜਿਹੜੀ ਸਰਕਾਰ ਸਾਨੂੰ ਪੈਸੇ ਨਹੀਂ ਦਿੰਦੀ, ਜਿਹੜੀ ਸਰਕਾਰ ਸਾਡੀਆਂ ਫਸਲਾਂ ਨਹੀਂ ਚੁੱਕਦੀਆਂ ਵਾਜਬ ਰੇਟ 'ਤੇ ਪੂਰੇ 'ਤੇ, ਇਹ ਸਾਰੇ ਮਹਲੇ ਲੈ ਕੇ ਉੱਦਣ ਅਸੀਂ ਪ੍ਰਦਰਸ਼ਨ ਕਰਾਂਗੇ ਅਤੇ ਇਸ ਨੂੰ ਅੱਗੇ ਸਮੇਂ ਤੋਂ ਜੋ ਵੀ ਸੰਦੇਸ਼ਾ ਸਾਨੂੰ ਆਇਆ ਕਰੂਗਾ ਨੈਸ਼ਨਲ ਲੈਵਲ ਦੀਆਂ ਯੂਨੀਅਨਾਂ ਦਾ, ਉਹਦੇ 'ਤੇ ਅਸੀਂ ਪੂਰਾ ਸਹਿਯੋਗ ਕਰਿਆ ਕਰਾਂਗੇ, ਪੁਰ ਜ਼ੋਰ ਜਿੰਨੇ ਜੋਗੇ ਹੈਗੇ ਵੱਧ ਤੋਂ ਵੱਧ ਜ਼ੋਰ ਲਾ ਕੇ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਹਰ ਹੀਲਾ ਵਰਤਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਅ ਜੀ, ਜਿਹੜਾ 8 ਤਰੀਕ ਨੂੰ ਇੰਡੀਆ ਲੈਵਲ ਦੀ ਜਿਹੜੀ ਇਹ 250 ਜਥੇਬੰਦੀਆਂ ਨੇ ਜਿਹੜਾ ਪ੍ਰੋਗਰਾਮ ਬਣਾਇਆ ਵੀ 2 ਘੰਟੇ ਦਾ ਪ੍ਰਦਰਸ਼ਨ, ਅਤੇ ਸਵੇਰੇ 8 ਵਜੇ ਤੋਂ ਲੈ ਕੇ ਪਿੰਡੋ ਪਿੰਡੀ ਅਸੀਂ ਕੋਈ ਪਿੰਡ 'ਚ ਕੋਈ ਸਬਜ਼ੀ ਨਹੀਂ ਆਉਣ ਦੇਣੀ, ਨਾ ਆਪਣੀ ਵੇਚਣ ਜਾਣਾ ਅਤੇ ਨਾ ਸ਼ਹਿਰ ਦੀ ਲੈਣੀ ਕੋਈ ਚੀਜ਼, ਨਾ ਕੋਈ ਦੁੱਧ ਵੇਚਣਾ, ਨਾ ਦੁੱਧ ਜਿਹੜਾ ਵਾ ਸ਼ਹਿਰੋਂ ਜਿਹੜਾ ਉਹ ਪਿੰਡਾਂ 'ਚ ਆਉਣ ਦੇਣਾ। ਉਹਦੇ ਸੰਬੰਧ ਦੇ ਵਿੱਚ ਸਾਡੀ ਮਾਝਾ ਸੰਘਰਸ਼ ਕਮੇਟੀ ਨੇ ਪ੍ਰੋਗਰਾਮ ਬਣਾਇਆ ਵੀ 8 ਵਜੇ ਤੋਂ ਲੈ ਕੇ 40-50 ਪਿੰਡਾਂ ਦੇ ਵਿੱਚ ਅਸੀਂ ਆਪਣੇ ਬੰਦੇ ਲਾਤੇ ਆ, ਉਹ ਬੰਦੇ ਪਿੰਡੋ ਪਿੰਡੀ ਲੋਕਾਂ ਨੂੰ ਜਾਗਰਿਤ ਕਰਨਗੇ ਅਤੇ ਠੀਕ 12 ਵਜੇ ਜਿਹੜਾ ਲਾਈਟਾਂ ਵਾਲਾ ਚੌਂਕ ਆ ਉਹ ਜਿਹੜਾ ਸ਼੍ਰੀ ਹਰਗੋਬਿੰਦਪੁਰ ਤੋਂ ਬਿਆਸ ਦਰਿਆ ਨੂੰ ਜਿਹੜਾ ਨਿਕਲਦਾ ਵਾ ਹੁਸ਼ਿਆਰਪੁਰ ਨੂੰ ਜਿਹੜਾ ਲਿੰਕ ਕਰਦਾ, ਉਹ ਅਸੀਂ 2-3 ਘੰਟੇ ਵਾਸਤੇ ਉਹਨੂੰ 3 ਵਜੇ ਤੱਕ ਜਿਹੜਾ ਉਹਨੂੰ ਆਪਾਂ ਬਿਲਕੁਲ ਬੰਦ ਕਰ ਦਾਂਗੇ। 3 ਘੰਟੇ ਉਹਦੀ ਕੋਈ ਟ੍ਰੈਫਿਕ ਨਹੀਂ ਹੋਵੇ, ਉੱਧਰੋਂ ਉੱਧਰ ਦੀ ਨਹੀਂ ਚੀਜ਼ ਲੰਘਣ ਦੇਵਾਂਗੇ। ਅਸੀਂ ਇਹ ਪ੍ਰਣ ਕਰ ਲਿਆ, ਜਿੰਨੇ ਵੀ ਸਾਡੇ ਮਾਝਾ ਸੰਘਰਸ਼ ਕਮੇਟੀ ਦੇ ਬੰਦੇ ਇੱਥੇ ਬਹਿ ਕੇ ਮੀਟਿੰਗ ਹੋਈ ਆ, ਮੀਟਿੰਗ ਹੋਣ ਤੋਂ ਬਾਅਦ ਇਹ ਜਿਹੜੀ ਵਿਚਾਰਾਂ ਹੋਈਆਂ, ਵਿਚਾਰਾਂ ਤੋਂ ਬਾਅਦ ਇਹ ਹੋਈ ਆ ਵੀ ਜਿਹੜਾ ਇਹ ਆਪਣੇ ਲਾਈਟਾਂ ਵਾਲਾ ਚੌਂਕ ਆ ਇਹਨੂੰ 8 ਤਰੀਕ ਨੂੰ ਬੰਦ ਕੀਤਾ ਜਾਊਗਾ। ਰੰਗਲਾ ਟੀਵੀ ਲਈ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।